ਸਰਕਾਰ ਦੀ ਬਾਰਗਾਹ ਚਲੇ ਜਾਂਦੇ ਸਨ। ਪਤਾ ਲੱਗਾ ਕਿ ਚਿਹਰੇ ਮੁਸਤਫਾ ਦੇਖ ਕੇ ਤੇ ਭੁੱਖ ਲੱਥ ਜਾਂਦੀ ਸੀ। ਮੀਆਂ ਸਾਹਿਬ ਸ਼ਰਕਪੁਰ ਸ਼ਰੀਫ ਵਾਲੇ, ਕੰਗ ਸ਼ਰੀਫ ਵਾਲੇ ਤੇ ਕਾਂਡੇ ਜਿਹੜੇ ਬਜ਼ੁਰਗ ਨੇ ਕਰਮਾਂ ਵਾਲੇ ਸਰਕਾਰ ਦੇ, ਕੌਣ ਹਜ਼ਰਤ ਕਰਮਾਂ ਵਾਲੀ ਸਰਕਾਰ ਤੇ ਆਪ ਦਾ ਇੱਕ ਕਲਾਸ ਫੈਲੋ, ਇੱਕ ਦੋਸਤ ਨਾ, ਹੁਣ ਦੋਨੋਂ ਘਰੋਂ ਮੀਆਂ ਸਾਹਿਬ ਦੀ ਜ਼ਿਆਰਤ ਵਾਸਤੇ ਆਏ। ਇੱਕ ਨੇ ਇਰਾਦਾ ਕੀਤਾ ਕਿ ਜੀ ਮੈਂ ਅੱਜ ਮਿੱਠੇ ਚਾਵਲ ਖਾਣੇ ਨੇ, ਇੱਕ ਸਾਥੀ ਨੇ ਇਰਾਦਾ ਕੀਤਾ ਮੈਂ ਮਿੱਠੇ ਚਾਵਲ ਖਾਣੇ ਨੇ, ਤੇ ਕਰਮਾਂ ਵਾਲੀ ਸਰਕਾਰ ਆਪ ਨੇ ਇਰਾਦਾ ਕੀਤਾ ਸੀ ਜੀ ਮੈਂ ਤੇ ਜ਼ਿਆਰਤ ਵਾਸਤੇ ਜਾਣਾ ਜੀ। ਹੈ ਹੁਣ ਆਪ ਗਏ ਨੇ, ਇਸ ਤਰ੍ਹਾਂ ਹੀ ਖੁਦਾ ਦੀ ਕਸਮ ਇਹ ਬੱਚੇ ਆਏ ਨੇ ਨਾ ਜੀ, ਹੈ ਅੰਦਰੋਂ ਮੇਰੇ ਆਬਤ ਦੇ ਆਉਣ ਤੋਂ ਪਹਿਲੇ ਕਿ ਮੈਂ ਇੰਨਾ ਕੁ ਜ਼ਖਮੀ ਸਾਂ, ਇੰਨਾ ਕੁ ਜ਼ਖਮੀ ਸਾਂ ਤੇ ਮੈਂ ਕਸਮ ਖਾ ਕੇ ਕਹਿੰਦਾ ਮੈਂ ਸੋਚ ਰਿਹਾ ਸਾਂ ਕਿ ਯਾਰਲਾ ਕਾਸ਼ ਆਬਤ ਵੀ ਇਸ ਤਰ੍ਹਾਂ ਆਵੇ, ਸੋਚ ਰਿਹਾ ਸਾਂ ਕਿ ਯਾਰਲਾ ਕਾਸ਼ ਆਬਤ ਵੀ ਇਸ ਤਰ੍ਹਾਂ ਆਵੇ, ਇੰਜ ਪਿੱਛੇ ਬੰਦਿਆਂ ਦੀ ਲਾਈਨ ਲੱਗੀ ਹੋਵੇ। ਅਮਜਦ ਸਾਹਿਬ ਘਰੋਂ ਆਏ, ਇਰਾਦਾ ਸੀ ਜੀ ਬੱਚਿਆਂ ਦੇ ਸਬਕ ਕਾਹਦੇ ਚੇਂਜ ਕਰਾਉਣੇ ਯਾਰ, ਅਸੀਂ ਸ਼ਰਾਬ ਨਹੀਂ ਵਧਾਉਣੀ, ਅਸੀਂ ਜੂਏ ਪਾਸੇ ਨਹੀਂ ਲਾ ਰਹੇ ਨਾ, ਸਬਕ ਦਿੱਤੇ ਨੇ ਤਾਂ ਕਿ ਅੱਗੇ ਜਲਦੀ ਬੱਚੇ ਹੁਣ ਇਸ ਕਾਬਲ ਹੋਣ ਨਾ ਜੀ। ਹੈ ਮੀਆਂ ਸਾਹਿਬ ਦੇ ਕੋਲ ਸਾਥੀ ਦਸਤਰਖਾਨ ਲੱਗ ਗਿਆ ਨਾ, ਦਸਤਰਖਾਨ ਲੱਗਾ ਤੇ ਜਿਹਦੀ ਨੀਅਤ ਸੀ ਜੀ ਮਿੱਠੇ ਚਾਵਲ ਖਾਣੇ ਉਹਨੂੰ ਮਿੱਠੇ ਚਾਵਲ ਮਿਲ ਗਏ, ਤੇ ਜਿਹਨਾਂ ਦੀ ਨੀਅਤ ਸੀ ਜ਼ਿਆਰਤ ਕਰਨ ਵਾਸਤੇ ਆਉਣਾ ਤੇ ਹੁਣ ਮੀਆਂ ਸਾਹਿਬ ਸਰਕਾਰ ਨੇ ਫਰਮਾਇਆ ਕਿ ਬੇਲੀਆ ਤੂੰ ਮਿੱਠੇ ਚਾਵਲ ਖਾਣ ਆਇਆ ਸਾਂ, ਹੈ ਤੂੰ ਚਾਵਲ ਖਾ। ਤੇ ਕਰਮਾਂ ਲਈ ਸਰਕਾਰ ਆਪ ਨੇ ਫਰਮਾਇਆ ਕਿ ਬੇਟੇ ਤੂੰ ਇਹ ਸਟੂਡੈਂਟ ਦੌਰ ਦਾ ਵਾਕਿਆ ਹੈ ਨਾ, ਆਪ ਨੇ ਫਰਮਾਇਆ ਤੂੰ ਮੇਰੀ ਜ਼ਿਆਰਤ ਕਰਨ ਆਇਆ, ਇੱਕ ਵਕਤ ਆਏਗਾ ਲੋਕ ਤੇਰੀ ਜ਼ਿਆਰਤ ਕਰਨ ਵਾਸਤੇ ਆਉਣਗੇ ਜੀ। ਹੈ ਤੇ ਅੱਜ ਦੇਖੋ ਲੋਕ ਜ਼ਿਆਰਤ ਕਰ ਰਹੇ ਨੇ ਕਿ ਨਹੀਂ ਕਰ ਰਹੇ।